ਕੀ ਨਾ ਭਾਈ ਤੁਹਾਡਾ ਕਿਹੜਾ ਵੀਰੂ ਹੈ ਜੀ ਕਿਹੜਾ ਮੰਦਰ ਕੀ ਮਾਨਤਾ ਮੰਦਰ ਦੀ ਮੰਦਰ ਦੀ ਮਾਨਤਾ ਹੈ ਸਰ ਬਹੁਤ ਬਹੁਤ ਅਸੀਂ ਨਰਾਤੇ ਆ ਮਾਤਾ ਸ਼ੁਭ ਦਿਨ ਆ ਬਹੁਤ ਵਧੀਆ ਅੱਜ ਅਤੇ ਅੱਜ ਮੇਲਾ ਭਰਿਆ ਜਾ ਰਿਹਾ ਮਾਤਾ ਦਾ ਸ਼ਨੀਵਾਰ ਦਿਨ ਆ ਮਾਤਾ ਦਾ ਪਹਿਲਾ ਚਾਲਾ ਬਹੁਤ ਸਭ ਤੋਂ ਦੂਰੋਂ ਦੂਰੋਂ ਆਈ ਪਈ ਆ ਉਹਦੇ ਮੰਦਰ ਦੇ ਵਿੱਚੋਂ ਕਿਵੇਂ ਦਾ ਇੰਤਜ਼ਾਮ ਆ ਮੰਦਰ 'ਚ ਐਂਟਰੀ ਬਹੁਤ ਵਧੀਆ ਸਰ ਵੀ ਆਈ ਪੀ ਗੇਟ ਉੱਧਰ ਬਣਾਇਆ ਪਿਆ ਆਪਣਾ ਐਂਟਰੀ ਗੇਟ ਉੱਧਰ ਆਪਣਾ ਬੈਂਕਿੰਗ ਦੀ ਗੇਟ ਬਣਾਇਆ ਪਿਆ ਲਾਈਨਾਂ ਲੱਗੀਆਂ ਪਈਆਂ ਲੋਕ ਆਰਾਮ ਨਾਲ ਮੱਠਾ ਟੇਕ ਰਹੇ ਆ ਸੋਸ਼ਲ ਡਿਸਟੈਂਸ ਨੂੰ ਕਿਵੇਂ ਇੰਤਜ਼ਾਮ ਆ ਹਾਂਜੀ ਕਰੋਨਾ ਮਹਾਮਾਰੀ ਨੂੰ ਦੇਖ ਕੇ ਸੋਸ਼ਲ ਡਿਸਟੈਂਸ ਉਹਨਾਂ ਨੂੰ ਲੋਕਾਂ ਨੂੰ ਕਿਹਾ ਪਿਆ ਆਪਣਾ ਗੈਪ ਬਣਾ ਕੇ ਮਾਸਕ ਲਾ ਕੇ ਜ਼ਰੂਰ ਆਓ ਆਪਣਾ ਆਪ ਧਿਆਨ ਰੱਖੋ ਨਵਰਾਤੇ ਕਿਨਵਾਂ ਨਵਰਾਤੇ ਕਿਹੜੀ ਮਾਤਾ ਨਵਰਾਤੇ ਕਿਵੇਂ ਦਾ ਦੱਸੋ ਪਹਿਲਾ ਨਵਰਾਤਰਾ ਸ਼ੈਲਪੁੱਤਰੀ ਮਾਤਾ ਦਾ ਮਹਾਮਾਰੀ ਦਾ ਆਸ਼ੀਰਵਾਦ ਸਾਰਿਆਂ ਉੱਤੇ ਬਣਿਆ ਹੋਇਆ ਜੀ ਜਿਵੇਂ ਕਿ ਕਰੋਨਾ ਦਾ ਇੰਨਾ ਇਫੈਕਟ ਸੀਗਾ ਹੁਣ ਭੀੜ ਦੇਖ ਕੇ ਲੱਗ ਰਿਹਾ ਕਿ ਇੱਕ ਤਰ੍ਹਾਂ ਲੋਕਾਂ 'ਚ ਹੌਸਲਾ ਆ ਗਿਆ ਪਹਿਲਾਂ ਕਰੋਨਾ ਦੇ ਕਰਕੇ ਬਹੁਤ ਲੋਕ ਘੱਟ ਆ ਰਹੇ ਸੀ ਹੁਣ ਬਹੁਤ ਮਾਤਰਾ 'ਚ ਲੋਕ ਆਉਣ ਲੱਗ ਗਏ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਬਾਹਰ ਰੌਣਕਾਂ ਲੱਗੀਆਂ ਹੋਈਆਂ ਹਮੇਸ਼ਾ ਦੀ ਤਰ੍ਹਾਂ ਪਿਛਲਾ ਨਵਰਾਤਰਾ ਤਾਂ ਚਲੋ ਜ਼ਿੰਦਗੀ 'ਚ ਪਹਿਲੀ ਵਾਰ ਅਸੀਂ ਦੇਖਿਆ ਕਿ ਕਦੇ ਕੁਛ ਐਸਾ ਹੋਇਆ ਹੋਇਆ ਕਿ ਪਿਛਲੇ ਨਵਰਾਤਰੇ ਨਹੀਂ ਲੱਗੇ ਮਾਰਚ ਵਾਲੇ ਪਰ ਇਸ ਵਾਰ ਬਹੁਤ ਸ਼ਾਨਦਾਰ ਲੱਗ ਰਹੇ ਨੇ ਜੀ ਸਾਰੀ ਤਿਆਰੀਆਂ ਸਾਡੀਆਂ ਪੂਰੀਆਂ ਨੇ ਪੁਲਿਸ ਵੱਲੋਂ ਸਾਰੀ ਪ੍ਰੋਟੈਕਸ਼ਨ ਹੈ ਔਰ ਸਫਾਈ ਸੇਵਾ ਦਾ ਸਾਰੇ ਆਪਣੇ ਆਪਣੇ ਡਿਊਟੀ 'ਤੇ ਪੂਰੀ ਤਰ੍ਹਾਂ ਤੈਨਾਤ ਨੇ ਜੀ ਅਤੇ ਬਹੁਤ ਅੱਛੇ ਢੰਗ ਨਾਲ ਸਾਰਾ ਕੁਛ ਚੱਲਦਾ ਪਬਲਿਕ ਵੀ ਬਹੁਤ ਜ਼ਿਆਦਾ ਮਾਤਰਾ 'ਚ ਆ ਰਹੀ ਨਵਰਾਤਰੇ ਪੂਰੇ ਕਿ ਘੱਟੇ ਵਧੇ ਨਹੀਂ ਪੂਰੇ ਪੂਰੇ ਮਹਾਮਾਰੀ ਦੇ ਪੂਰੇ ਮੰਦਰ ਕੀ ਮਾਨਤਾ ਕਿਹੜਾ ਮੰਦਰ ਹੈ ਜਿਹੜਾ ਮੰਦਰ ਹੈ ਕਿਹੜਾ ਮੰਦਰ ਹੈ ਕੀ ਮਾਨਤਾ ਮੰਦਰ ਦੀ ਇਹ ਪਟਿਆਲਾ ਸ਼੍ਰੀ ਮਹਾਕਾਲੀ ਮੰਦਰ ਹੈ ਜਿਹੜਾ ਕਿ ਸਾਰੇ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੈ ਕੀ ਮਾਨਤਾ ਕੀ ਇਹ 'ਚ ਕੀ ਮੰਨ ਇਹਦੀ ਮਾਨਤਾ ਇਹ ਮਹਾਰਾਜਾ ਸਾਹਿਬ ਪਟਿਆਲਾ ਨੇ ਬਣਾਇਆ ਸੀ ਇਹ 500 ਸਾਲ ਪੁਰਾਣਾ ਮੰਦਰ ਹੈ ਇੱਥੇ ਜੋ ਵੀ ਭਗਤ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ ਹੈ ਔਰ ਇਹ ਮੰਦਰ ਇੱਕ ਵਿਸ਼ਵ ਦਾ ਪੂਰਾ ਐਸਾ ਮੰਦਰ ਹੈ ਜਹਾਂ ਸ਼ਰਾਬ ਮੁਰਗਾ ਬੱਕਰਾ ਹਰ ਤਰ੍ਹਾਂ ਦਾ ਜਿਹੜਾ ਹੈ ਤਾਂਤਰਿਕ ਮੰਦਰ ਹੈ ਆਪਣਾ ਚੀਜ਼ ਇੱਥੇ ਮਹਾਮਾਰੀ ਸਵੀਕਾਰ ਕਰਦੀ ਜਿਵੇਂ ਨਵਰਾਤਰੇ ਸ਼ੁਰੂ ਹੋਏ ਕਿਵੇਂ ਦੇ ਇੰਤਜ਼ਾਮ ਆ ਨਵਰਾਤਰੇ ਨੂੰ ਦੇਖਦੇ ਹੋ ਇਸ ਵਾਰ ਥੋੜ੍ਹਾ ਜਿਹਾ ਸਾਨੂੰ ਥੋੜ੍ਹੀ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਕਿਉਂਕਿ COVID-19 ਦੇਖਦੇ ਹੋਏ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਬਹੁਤ ਹੀ ਵਿਸ਼ੇਸ਼ ਵਿਵਸਥਾ ਸਾਨੂੰ ਕਰਨੀ ਪਈ ਹੈ ਲੋਕਾਂ ਨੂੰ ਜਿਹੜਾ ਹੈ ਸੈਨੇਟਾਈਜ਼ ਦੀ ਵਿਵਸਥਾ ਸਾਨੇ ਮੇਨ ਗੇਟ ਦੇ ਉੱਪਰ ਕਰੀ ਹੋਈ ਹੈ ਸੋਸ਼ਲ ਡਿਸਟੈਂਸ ਦੀ ਵਿਵਸਥਾ ਕਰੀ ਹੋਈ ਹੈ ਔਰ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਅਪੀਲ ਵੀ ਕਰ ਰਹੇ ਹਾਂ ਵੀ ਜਿਹੜੇ ਵੀ ਪਰਸਨ ਮੰਦਰ ਦੇ ਵਿੱਚ ਮੱਥਾ ਟੇਕਣ ਉਹ ਮਾਸਕ ਦਾ ਪ੍ਰਯੋਗ ਜ਼ਰੂਰ ਕਰਨ ਔਰ ਸੋਸ਼ਲ ਡਿਸਟੈਂਸ ਦਾ ਜਿਹੜਾ ਹੈ ਪ੍ਰਯੋਗ ਜ਼ਰੂਰ ਕਰਨ ਔਰ ਮੰਦਰ ਕਮੇਟੀ ਦੁਆਰਾ ਜਿਹੜੀ ਨਿਯਮ ਬਣਾਏ ਗਏ ਉਹਨਾਂ ਦਾ ਪਾਲਣ ਕਰਨ ਜਿਵੇਂ ਸੋਸ਼ਲ ਡਿਸਟੈਂਸ ਦਾ ਕਿਵੇਂ ਇੰਤਜ਼ਾਮ ਆ ਮੰਦਰ ਦੇ ਵਿੱਚ ਹਾਂਜੀ ਸੋਸ਼ਲ ਡਿਸਟੈਂਸ ਦਾ ਇੰਤਜ਼ਾਮ ਕਿਵੇਂ ਕੀਤਾ ਮੰਦਰ 'ਚ ਸਾਡੇ 200-250 ਵਰਕਰ ਸਾਡੇ ਨਹੀਂ ਮੰਦਰ ਕਮੇਟੀ ਦੇ ਕਹਿਣਾ ਸੀ ਗੋਲ ਖਾਨੇ ਪਏ ਹੋਏ ਆ ਮੰਦਰ ਦੇ ਅੰਦਰ ਜਿਹੜੇ ਬਾਹਰ ਸੜਕ 'ਤੇ ਲਾਈਨਾਂ ਲੱਗੀਆਂ ਵੀ ਆ ਦੋ ਦੋ ਲਾਈਨਾਂ ਉਹਨਾਂ ਭੀੜ ਦੇ ਵਿੱਚ ਉਹਨਾਂ ਦਾ ਇੰਤਜ਼ਾਮ ਕਿਵੇਂ ਆ ਦੇਖੋ ਨਵਰਾਤਰਿਆਂ ਦੇ ਵਿੱਚ ਅੱਜ ਸ਼ਨੀਵਾਰ ਵੀ ਹੈ ਔਰ ਪਹਿਲਾ ਨਵਰਾਤਰਾ ਵੀ ਹੈ ਲੇਕਿਨ ਜਿਹੜੀ ਅਪਾਰ ਭਗਤਾਂ ਦੀ ਸ਼ਰਧਾ ਇਸ ਮੰਦਰ ਨੂੰ ਦੇਖਦੇ ਹੋਏ ਉਹਦੇ ਨਾਲ ਥੋੜ੍ਹਾ ਜਿਹਾ ਸਾਨੂੰ ਪ੍ਰੋਬਲਮ ਆ ਰਹੀ ਹੈ ਲੇਕਿਨ ਫਿਰ ਵੀ ਅਸੀਂ ਜਿਹੜਾ ਹੈ ਸੋਸ਼ਲ ਡਿਸਟੈਂਸ ਦਾ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਭੀੜ ਬਹੁਤ ਜ਼ਿਆਦਾ ਹੈਗੀ ਹੈ ਫਿਰ ਵੀ ਅਸੀਂ ਜਿੰਨੇ ਵੀ ਹੈ ਸਾਡੇ ਵਰਕਰ ਵੀ ਲੱਗੇ ਹੋਏ ਹਾਂ ਸਰਕਾਰੀ ਮੈਨੇਜਮੈਂਟ ਕਮੇਟੀ ਲੱਗੀ ਹੈ ਪ੍ਰਸ਼ਾਸਨ ਵੀ ਲੱਗਿਆ ਹੈ ਪੂਰੀ